ਅੰਮ੍ਰਿਤਸਰ ਦੇ ਛਿਆਟਾ ਦੇ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਉੱਥੇ ਇੱਕ ਰੂਹ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਭਿਆਨਕ ਸੀ ਕਿ ਅੱਗ ਨੂੰ ਬਚਾਉਣ ਦੇ ਲਈ 16 ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੱਗੀਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆ ਫੈਕਟਰੀ ਮਾਲਕ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨ ਕਾਫੀ ਵੱਡਾ ਨੁਕਸਾਨ ਹੋਇਆ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਹਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ। ਇਸ ਰਾਮਕ੍ਰਿਸ਼ਨਾ ਕਾਟਨ ਦੇ ਨਾਂ ਤੇ ਸਾਡੀ ਫੈਕਟਰੀ ਹੈਗੀ ਹੈ ਤੇ ਇੰਡਸਟਰੀ ਸਟੇਟ ਦੇ ਵੀ ਸਾਡੀ ਹੈਗੀ ਹੈ। ਹਾਲੇ ਤੱਕ ਨਹੀਂ ਪਤਾ ਲੱਗਾ ਸਾਨੂੰ ਕਿ ਕੀ ਕਾਰਨ ਹੈਗਾ। ਸਵੇਰੇ 7 ਵਜੇ ਸਾਨੂੰ ਪਤਾ ਲੱਗਾ ਵਾ, ਮੈਂ ਖੇਲਣ ਜਾ ਰਿਹਾ ਸੀ, ਮੇਰੇ ਬੰਦੇ ਨੇ ਮੈਨੂੰ ਟੈਲੀਫੋਨ ਕਰਕੇ ਕਿਹਾ ਵਾ ਕਿ ਬਈ ਅੱਗ ਲੱਗ ਗਈ ਆ ਅਤੇ ਉਹ ਫਿਰ ਮੈਂ ਫਟਾਫਟ ਮੈਂ ਕਿਹਾ ਕੀ ਗੱਲ, ਕਹਿੰਦੇ ਜੀ ਫਾਇਰ ਬ੍ਰਿਗੇਡ ਵਾਲਿਆਂ ਨੂੰ ਟੈਲੀਫੋਨ ਕਰ ਦਿਓ। ਅਤੇ ਰਸਤੇ 'ਚ ਮੇਰੇ ਫਾਇਰ ਬ੍ਰਿਗੇਡ ਹੀ ਪੈਂਦਾ ਸੀ ਅਤੇ ਮੈਂ ਫਿਰ ਰਾਣੀ ਦੇ ਬਾਗ ਬਾਹਰ ਜਿਹੜਾ ਫਾਇਰ ਬ੍ਰਿਗੇਡ ਵਾਲਾ ਹੈਗਾ ਵਾ ਉੱਥੇ ਮੈਂ ਆ ਗਿਆ ਅਤੇ ਉਹ ਤਿਆਰੀ ਦੇ ਵਿੱਚ ਹੀ ਸੀ, ਜਾਣ ਵਾਲੇ ਸੀ। ਮੈਂ ਫਿਰ ਉਹਨਾਂ ਨੇ ਪਹਿਲੇ ਅੱਗੇ ਗੱਡੀ ਲਾਈ ਅਤੇ ਪਿੱਛੇ ਲੈ ਕੇ ਅਤੇ ਆਪਣੀ ਫੈਕਟਰੀ ਦੇ ਵਿੱਚ ਆ ਗਿਆ। ਉਸ ਤੋਂ ਬਾਅਦ ਕੀ ਕਹਿੰਦੇ ਉਹਨੂੰ ਇੱਥੇ ਆ ਕੇ ਦੇਖਿਆ ਅਤੇ ਅੱਗ ਕਾਫੀ ਭੜਕ ਚੁੱਕੀ ਹੋਈ ਸੀ। ਤਕਰੀਬਨ 7:20 'ਤੇ ਅੱਗ ਲੱਗੀ ਇੱਥੇ। ਸਾਨੂੰ ਤਲਾਹ ਆਈ ਕਿ ਇੱਥੇ ਜਿਹੜੀ ਰਾਮਾਕ੍ਰਿਸ਼ਨਾ ਕਾਟਨ ਮਿੱਲ ਆ ਯੂਨੀਵਰਸਿਟੀ ਲਾਗੇ ਇੱਥੇ ਅੱਗ ਲੱਗੀ ਅਤੇ ਫੌਰਨ ਸਾਡੀਆਂ ਗੱਡੀਆਂ ਜਿਹੜੀਆਂ ਤਕਰੀਬਨ 7-8 ਮਿੰਟ 'ਚ ਇੱਥੇ ਪਹੁੰਚੀਆਂ। ਗੱਡੀਆਂ ਤਕਰੀਬਨ ਹੁਣ ਤੱਕ 15-16 ਗੱਡੀਆਂ ਜਿਹੜੀਆਂ ਪਾਣੀ ਦੀਆਂ ਭਰ ਭਰ ਕੇ ਇੱਥੇ ਬਚ ਚੁੱਕੀਆਂ। ਬਾਕੀ ਸਾਰੇ ਸ਼ਹਿਰ ਦੀਆਂ ਗੱਡੀਆਂ ਸਿਵਲ ਲਾਈਨ ਦੀ, ਟਾਊਨ ਹਾਲ ਦੀ, ਬੈਰੀਗੇਟ ਦੀ ਅਤੇ ਕਰਵਾਲੀ ਗੇਟ ਦੀ ਸਾਰੀਆਂ ਗੱਡੀਆਂ ਆ ਗਏ ਅਤੇ ਹੁਣ ਪਾਣੀ ਮਾਰ ਹੁਣ ਤਾਂ ਸਾਡੀਆਂ ਸਾਰੇ ਸ਼ਹਿਰ ਦੀਆਂ ਗੱਡੀਆਂ ਤਕਰੀਬਨ ਇੱਥੇ ਆ। ਬਾਕੀ ਸ਼ਹਿਰ ਦੇ ਵਿੱਚ ਵੀ ਸ਼ਿਫਟਾਂ ਚੱਲਣ ਦੀਆਂ ਜਿਹੜੀਆਂ